ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਆ ਜੀ? ਦੋਸਤੋ, ਅੱਜ ਤੁਹਾਡੇ ਨਾਲ ਜਿਹੜੀ ਨਿਊਜ਼ ਸ਼ੇਅਰ ਕਰਨੀ ਆ ਉਹ ਰੀਸੈਂਟਲੀ ਜਿਹੜੀ ਅਪਡੇਟ ਆਏ ਨੇ ਉਹਦੇ ਰਿਗਾਰਡਿੰਗ ਆ। ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਅਟੈਸਟੇਸ਼ਨ ਲੈਟਰ ਜਿਹੜੀ ਹੈਗੀ ਆ ਲੋਡ ਪਿਆ ਕਰਨੀ ਆ LOA ਤੋਂ ਬਾਅਦ ਹਰ ਇੱਕ ਪ੍ਰੋਵਿੰਸ ਤੋਂ। ਜੇ ਤੁਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰਨਾ ਆ, ਤੁਸੀਂ LOA ਤਾਂ ਤੁਹਾਨੂੰ ਕਾਲਜ ਯੂਨੀਵਰਸਿਟੀ ਨੇ ਦੇ ਦੇਣੀ ਆ, ਪਰ ਜਿਹੜੀ ਅਟੈਸਟੇਸ਼ਨ ਲੈਟਰ ਹੈਗੀ ਆ ਉਹ ਕਾਲਜ ਨੂੰ ਉਸ ਪ੍ਰੋਵਿੰਸ ਨੇ ਦੇਣੀ ਆ ਜਿਹੜੀ ਪ੍ਰੋਵਿੰਸ ਦੇ ਵਿੱਚ ਉਹ ਕਾਲਜ ਹੈਗਾ ਆ। ਸੋ ਦੋਸਤੋ, ਜਿਹੜੀ ਅਟੈਸਟੇਸ਼ਨ ਲੈਟਰ ਹੈਗੀ ਉਹਦਾ ਕੁਝ ਕ੍ਰਾਈਟੀਰੀਆ ਜਿਹੜਾ ਹੈਗਾ ਸਾਡੇ ਹਿਸਾਬ ਨਾਲ ਕੁਝ ਇਦਾਂ ਦਾ ਬਣੂਗਾ। ਉਹਨਾਂ ਨੇ ਕੁਆਲੀਫਾਈ ਜਿਹੜੇ ਕਾਲਜ ਹੈਗੇ ਕਿਸ ਤਰੀਕੇ ਨਾਲ ਕਰਨੇ ਆ ਦੋਸਤੋ। ਫੋਰ ਐਗਜ਼ਾਮਪਲ, ਜਿਹੜੇ ਉਹ ਕਾਲਜ ਦੀ ਹਿਸਟਰੀ ਚੈੱਕ ਕਰਨਗੇ ਵੀ ਉਰੇ ਕਿੰਨੇ ਬੱਚੇ ਆਏ ਸੀ, ਕਿੰਨਿਆਂ ਨੇ ਉਰੇ 1 ਸਾਲ ਘੱਟੋ ਘੱਟ ਪੜ੍ਹਾਈ ਕੀਤੀ, ਜਾਂ ਆਪਣਾ ਕੋਰਸ ਜਿਹੜਾ ਹੈਗਾ 2 ਸਾਲ ਦਾ ਸੀਗਾ, ਸਾਲ ਦਾ ਸੀਗਾ, ਕੰਪਲੀਟ ਕੀਤਾ, ਕਿੰਨੇ ਬੱਚਿਆਂ ਨੇ ਰੀਫੰਡ ਲਏ ਅਤੇ ਕਿੰਨੇ ਬੱਚੇ ਆਹ ਕਾਲਜ ਦੇ ਵਿੱਚ ਆਏ ਅਤੇ ਆਉਂਦੇ ਸਾਰ ਹੀ ਉਹਨਾਂ ਨੇ ਫੀਸ ਕਢਵਾਈ ਅਤੇ ਕਾਲਜ ਚੇਂਜ ਕਰ ਲਿਆ। ਮਤਲਬ ਇਹ ਸਾਰੀਆਂ ਚੀਜ਼ਾਂ, ਇਹ 2-3 ਪੁਆਇੰਟ ਇਹੋ ਜਿਹੇ ਨੇ ਜਿਹੜੇ ਕਿ ਉਹ ਕੰਸਿਡਰ ਕਰਨਗੇ। ਹਰ ਇੱਕ ਸਟੇਟ, ਹਰ ਇੱਕ ਪ੍ਰੋਵਿੰਸ ਕੰਸਿਡਰ ਕਰੂਗੀ ਵੀ ਕਿਹੜਾ ਕਾਲਜ ਕਾਲਜ ਜਿਹੜਾ ਹੈਗਾ ਗੁੱਡ ਸਟੈਂਡਿੰਗ 'ਚ ਆ, ਕਿਹਨੂੰ ਅਸੀਂ ਟੈਸਟੇਸ਼ਨ ਲੈਟਰ ਦੇਣੀ ਆ, ਕਿਹੜਾ ਕਿੰਨੇ ਬੱਚੇ ਜਿਹੜਾ ਹੈਗਾ ਫੋਰਨ ਤੋਂ ਮੰਗਾ ਸਕਦਾ। ਦੋਸਤੋ, ਇਹ ਜਿਹੜੇ ਕੁਝ ਪੁਆਇੰਟਸ ਹੈਗੇ ਨੇ ਇਹਨਾਂ 'ਤੇ ਨਿਰਭਰ ਕਰੂਗਾ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਕਲੈਰਿਟੀ ਜਿਹੜੀ ਹੈਗੀ ਆ, 31 ਮਾਰਚ ਜਿਹੜੀ ਡੈਡਲਾਈਨ ਆ, ਆਪਾਂ ਨੂੰ ਉਦੋਂ ਸਾਰਾ ਕੁਝ ਕਲੀਅਰ ਹੋਊਗਾ ਵੀ ਕਿਹੜੇ ਕਾਲਜਸ ਅਤੇ ਯੂਨੀਵਰਸਿਟੀ ਨੂੰ ਟੈਸਟੇਸ਼ਨ ਲੈਟਰ ਈਜ਼ੀਲੀ ਮਿਲੂਗੀ ਅਤੇ ਕਿਹਨਾਂ ਨੂੰ ਨਹੀਂ ਮਿਲੂਗੀ।